ਸੈਕਿੰਡ ਸਮ ਹੈਗਾ ਹੈ ਕਨਸਟਰਕਟ ਅ ਟੈਂਜੈਂਟ ਇੱਕ ਟੈਂਜੈਂਟ ਡਰਾ ਕਰਨੀ ਆ ਟੂ ਅ ਸਰਕਲ ਆਫ ਰੇਡੀਅਸ 4 ਸੈਂਟੀਮੀਟਰ 4 ਸੈਂਟੀਮੀਟਰ ਰੇਡੀਅਸ ਵਾਲਾ ਸਰਕਲ ਡਰਾ ਕਰਕੇ ਉਹਦੇ ਉੱਤੇ ਇੱਕ ਟੈਂਜੈਂਟ ਡਰਾ ਕਰਨੀ ਆ ਫਰੋਮ ਅ ਪੁਆਇੰਟ ਔਨ ਦਾ ਕਨਸੈਂਟ੍ਰਿਕ ਸਰਕਲ ਇੱਕ ਹੋਰ ਸਰਕਲ ਡਰਾ ਕਰਨਾ ਵਾ 6 ਸੈਂਟੀਮੀਟਰ ਦਾ ਉਹਦੇ ਕਿਸੇ ਪੁਆਇੰਟ ਤੋਂ ਆਪਾਂ ਜਿਹੜਾ radius 4 ਸੈਂਟੀਮੀਟਰ ਵਾਲਾ ਸਰਕਲ ਡਰਾ ਕੀਤਾ ਉਹਦੇ ਉੱਤੇ ਇੱਕ ਟੈਂਜੈਂਟ ਡਰਾ ਕਰਨੀ ਆ ਤੇ ਫਿਰ ਉਹਦੀ ਨਾਲ ਜਿਹੜੀ ਲੈਂਥ ਆ ਉਹਨੂੰ ਵੀ ਮੈਜ਼ਰ ਕਰਨਾ ਵਾ ਫਿਰ ਵੈਰੀਫਾਈ ਵੀ ਕਰਨਾ ਉਸ ਮੈਜ਼ਰਮੈਂਟ ਨੂੰ ਬਾਏ ਐਕਚੁਅਲ ਕੈਲਕੂਲੇਸ਼ਨ ਸੋ ਆਪਾਂ ਦੋ ਸਰਕਲ ਡਰਾ ਕਰਦੇ ਆ ਕਨਸੈਂਟ੍ਰਿਕ ਦਾ ਮਤਲਬ ਹੁੰਦਾ ਕਿ ਜਿੰਨਾ ਦੋ ਸਰਕਲ ਜਿੰਨਾਂ ਦਾ ਸੈਂਟਰ ਸੇਮ ਹੋਵੇ ਸੋ ਪਹਿਲਾਂ ਆਪਾਂ 4 ਸੈਂਟੀਮੀਟਰ ਵਾਲਾ ਸਰਕਲ ਡਰਾ ਕਰਦੇ ਆ ਉਹਦਾ ਹੀ ਸੈਂਟਰ ਲੈ ਕੇ ਆਪਾਂ 6 ਸੈਂਟੀਮੀਟਰ ਵਾਲਾ ਸਰਕਲ ਡਰਾ ਕਰਾਂਗੇ ਜਿਹੜੇ 6 ਸੈਂਟੀਮੀਟਰ ਵਾਲਾ ਸਰਕਲ ਆ ਉਹਦੇ ਉੱਤੋਂ ਆਪਾਂ ਏ ਟੈਂਜੈਂਟ ਡਰਾ ਕਰਨੇ ਆ ਰੇਡੀਅਸ ਜਿਹੜਾ ਨਿੱਕਾ ਸਰਕਲ ਡਰਾ ਕੀਤਾ ਨਾ 4 ਸੈਂਟੀਮੀਟਰ ਵਾਲਾ ਉਹਦੇ ਉੱਤੇ ਤੇ ਆਪਾਂ ਸਟਾਰਟ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਡਰਾ ਕਰਦੇ ਆ 4 ਸੈਂਟੀਮੀਟਰ ਵਾਲਾ ਸਰਕਲ ਠੀਕ ਹੈ ਸੋ ਆਪਾਂ ਮੈਜ਼ਰਮੈਂਟ ਲੈ ਲੈਨੇ ਆ ਠੀਕ ਹੈ 4 ਸੈਂਟੀਮੀਟਰ ਦੀ ਤੁਸੀਂ ਮੈਜ਼ਰਮੈਂਟ ਲੈ ਕੇ ਇਦਾਂ ਠੀਕ ਹੈ ਖੋਲ ਕੇ ਇਹਨੂੰ ਪ੍ਰਕਾਰ ਨੂੰ ਤੁਸੀਂ 4 ਸੈਂਟੀਮੀਟਰ ਦਾ ਸਰਕਲ ਜਿਹੜਾ ਉਹ ਡਰਾ ਕਰ ਦੇਣਾ ਇਦਾਂ ਠੀਕ ਹੈ ਤੁਸੀਂ ਪੈਨਸਲ ਨਾਲ ਕਮਾਇਆ ਕਰੋ ਆਪਣੀ ਕਾਪੀ ਵੀ ਵਗੈਰਾ ਕਮਾਇਆ ਕਰੋ ਉਸ ਤਰੀਕੇ ਨਾਲ ਫਿਰ ਸਾਫ ਬੰਦਾ ਹੈ ਇਹ ਸੀਗਾ ਬੱਚੇ 4 ਸੈਂਟੀਮੀਟਰ ਦਾ ਦੇਖੋ ਇਹ ਜਿਹੜਾ ਪੁਆਇੰਟ ਆ ਇਹ ਦਾ ਸੈਂਟਰ ਹੋ ਗਿਆ ਇਹਨੂੰ ਆਪਾਂ O ਲੱਟ ਕਰ ਲੈਣੇ ਸੈਂਟਰ ਨੂੰ ਠੀਕ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ 6 ਸੈਂਟੀਮੀਟਰ ਦਾ ਸਰਕਲ ਵੀ ਡਰਾ ਕਰੋ ਇਸੇ ਹੀ ਸੈਂਟਰ ਤੋਂ ਸੋ ਇਸੇ ਹੀ ਸੈਂਟਰ ਤੋਂ ਮੈਂ 6 ਸੈਂਟੀਮੀਟਰ ਦੀ ਮੈਸੂਰਮੈਂਟ ਲੈ ਕੇ ਆਹੀ ਸੈਂਟਰ ਲੈ ਕੇ ਇਹਦਾ ਤੇ 6 ਸੈਂਟੀਮੀਟਰ ਦਾ ਸਰਕਲ ਜਿਹੜਾ ਉਹ ਆਪਾਂ ਡਰਾ ਕਰ ਲਿਆ ਠੀਕ ਹੈ 댓ਸ ਇਟ ਇਸ 6 ਸੈਂਟੀਮੀਟਰ ਦਾ ਸਰਕਲ ਡਰਾ ਹੋ ਗਿਆ ਹੁਣ ਜਿਹੜਾ 6 ਸੈਂਟੀਮੀਟਰ ਵਾਲਾ ਸਰਕਲ ਆ ਨਾ ਇਹਦੇ ਉਤੋਂ ਕੋਈ ਪੁਆਇੰਟ ਲੈਣਾ ਵਾ ਤੇ ਉਹਦੇ ਤੋਂ ਟੈਂਜੈਂਟ ਡਰਾ ਕਰਨੇ ਆ 4 ਸੈਂਟੀਮੀਟਰ ਵਾਲੇ ਸਰਕਲ ਤੇ ਠੀਕ ਹੈ ਸੋ ਹੁਣ ਆਪਾਂ ਕੀ ਕਰਨਾ ਵਾ ਆਪਾਂ ਨਾਲ ਦੀ ਨਾਲ ਨਾ ਲਿਖਣਾ ਵੀ ਆ ਕਿ ਆਪਾਂ ਕੀਤਾ ਕੀ ਆ ਤੁਹਾਨੂੰ ਮੈਂ ਕਿਹਾ ਸੀਗਾ ਕਿ ਸਟੈਪਸ ਲਿਖਣੇ ਹੁੰਦੇ ਆ ਸੋ ਫਰਸਟ ਸਟੈਪ ਦੇ ਵਿੱਚ ਅਸੀਂ ਕੀ ਕੀਤਾ ਆ ਡਰਾ ਏ ਸਰਕਲ ਇੱਕ ਸਰਕਲ ਡਰਾ ਕੀਤਾ ਵਾ ਡਰਾ ਅ ਸਰਕਲ ਵਿਦ ਸੈਂਟਰ ਸੈਂਟਰ ਉਹਦਾ ਕਿਹੜਾ ਲਿਆ ਸੀ ਆਪਾਂ ਉਹ ਤੇ ਰੇਡੀਅਸ ਕਿਹੜਾ ਲਿਆ ਸੀਗਾ ਐਂਡ ਰੇਡੀਅਸ 4 ਸੈਂਟੀਮੀਟਰ ਮਾਰਕ ਇਟ ਐਸ ਫਸਟ ਇਹਨੂੰ ਆਪ ਫਸਟ ਸਰਕਲ ਮੰਨ ਲੈਣੇ ਆ ਠੀਕ ਹੈ ਇਹ ਫਸਟ ਸਰਕਲ ਸੀਗਾ ਸੋ ਸੈਕੰਡ ਦੇ ਵਿੱਚ ਅਸੀਂ ਕੀ ਕਰਾਂਗੇ ਡਰਾ ਅਨਦਰ ਸਰਕਲ ਦੋ ਦੋ ਸਟੈਪ ਕੀਤੇ ਨਾ ਤੇ ਆਪਾਂ ਦੋ ਸਟੈਪਸ ਲਿਖ ਦੇਣੇ ਆ ਡਰਾ ਅਨਦਰ ਇੱਕ ਹੋਰ ਸਰਕਲ ਅਸੀਂ ਡਰਾ ਕੀਤਾ ਆ ਵਿਦ ਦ ਸੈਂਟਰ ਸੇਮ ਸੇਮ ਇਸ ਸੈਂਟਰ ਲਿਆ ਸੀ ਨਾ ਤੇ ਆਪਾਂ ਸੇਮ ਸੈਂਟਰ ਲਿਖ ਦਿੰਨੇ ਆ ਵਿਦ ਸੈਂਟਰ ਵਿਦ ਸੇਮ ਸੈਂਟਰ o ਠੀਕ ਹੈ ਤੇ ਉਹਦਾ ਰੇਡੀਅਸ ਕਿ ਨਾਲ ਲਿਆ ਸੀਗਾ ਐਂਡ ਰੇਡੀਅਸ 6 ਸੈਂਟੀਮੀਟਰ ਤੇ ਇਹਨੂੰ ਆਪਾਂ ਮਾਰਕ ਸੈਕਿੰਡ ਦਾ ਨਾਮ ਦੇ ਦਿੰਨੇ ਆ ਹਨਾ ਐਂਡ ਮਾਰਕ ਇ ਅ ਸੈਕਿੰਡ ਥੈਟਸ ਇਟ ਠੀਕ ਹੈ ਸੋ ਹੁਣ ਥਰਡ ਸਟੈਪ ਪਹਿਲਾ ਆਪਾਂ ਡਰਾ ਕਰਦੇ ਆ ਫਿਰ ਆਪਾਂ ਲਿਖਾਂਗੇ ਹੁਣ ਦੇਖੋ ਆਪਾਂ ਨਾ ਕੋਈ ਉਹਨਾਂ ਨੇ ਕਿਹਾ ਵੀ ਕੋਈ ਵੀ ਪੁਆਇੰਟ ਲੋ 6 ਸੈਂਟੀਮੀਟਰ ਵਾਲੇ ਸਰਕਲ ਦੇ ਉਹਦੇ ਤੋਂ ਟੈਂਜੈਂਟ ਡਰਾ ਕਰਨੇ ਚਲੋ ਮੈਂ ਪੀ ਲੈ ਲਿਆ ਇੱਥੇ ਕਿ ਲੈ ਲਿਆ ਮੈਂ ਪੀ ਕੋਈ ਵੀ ਪੁਆਇੰਟ ਮੈਂ ਪੀ ਲੈ ਲਿਆ ਤੇ ਉਹਨੂੰ ਉਹ ਤੇ ਪੀ ਨੂੰ ਨਾ ਆਪਾਂ ਜੁਆਇਨ ਵੀ ਕਰਨਾ ਆ ਠੀਕ ਹੈ ਇਦਾਂ ਆਪਾਂ ਜੁਆਇਨ ਕਰ ਦਿੱਤਾ ਉਹਨੂੰ ਹੁਣ ਇਹ ਲਾਈਨ ਮਿਲ ਗਈ ਇਹ ਲਾਈਨ ਤੋਂ ਆਪਾਂ ਇੱਕ ਪਰਪੈਂਡੀਕੂਲਰ ਜਿਹੜਾ ਆ ਉਹ ਡਰਾ ਕਰਨਾ ਆ ਠੀਕ ਹੈ ਸੋ ਆਪਾਂ ਪਹਿਲਾਂ ਲਿਖ ਲੈਣੇ ਆ ਵੀ ਥਰਡ ਸਟੈਪ ਆਪਾਂ ਲਿਆ ਕੀ ਆ ਨਾਲ ਦੀ ਨਾਲ ਹੀ ਲਿਖੋ ਜੇਕਰ ਤੁਸੀਂ ਡਰਾ ਕਰਕੇ ਫੇਰ ਲਿਖੋਗੇ ਤੇ ਤੁਹਾਨੂੰ ਚੇਤਾ ਭੁੱਲ ਜਾਣਾ ਇਸ ਕਰਕੇ ਨਾਲ ਦੀ ਨਾਲ ਲਿਖੋ ਕਿ ਆਪਾਂ ਕੀ ਲਿਆ ਵਾ ਟੇਕ ਅ ਪੁਆਇੰਟ ਤੇ ਐਨੀ ਪੁਆਇੰਟ ਪੀ ਲਿਆ ਆਪਾਂ ਠੀਕ ਹੈ ਕਿਦੇ ਉੱਤੇ ਲਿਆ ਵਾ ਕਿਹੜੇ ਸਰਕਲ ਤੇ ਔਨ ਸਰਕਲ ਸੈਕਿੰਡ ਤੇ ਫਿਰ ਉਹਨਾਂ ਨੂੰ ਆਪਾਂ ਜੁਆਇਨ ਵੀ ਕੀਤਾ ਨਾ ਜੁਆਇਨ ਓਪੀ ਹੁਣ ਆਪਾਂ ਇਹਦੇ ਦਿੱਤ ਪਰਪੈਂਡੀਕੂਲ ਡਰਾ ਕਰਨਾ ਆ ਤੇ ਪਰਪੈਂਡੀਕੂਲ ਕਿੱਦਾਂ ਡਰਾ ਕਰੀਦਾ ਵਾ ਕਿਸੇ ਦੇ ਉੱਤੇ ਕਿ ਆਪਾਂ ਉਹਦੀ ਲਾਈਨ ਦੀ ਅੱਧ ਤੋਂ ਵੱਧ ਪ੍ਰਕਾਰ ਖੋਲ ਲੈਣੀ ਆ ਬਿਨਾ ਮੈਜ਼ਰ ਕੀਤੇ ਆ ਠੀਕ ਹੈ ਅੱਧ ਤੋਂ ਵੱਧ ਪ੍ਰਕਾਰ ਖੋਲ ਕੇ ਇੰਨੇ ਖੋਲੋ ਅੱਧ ਤੋਂ ਵੱਧ ਤੇ ਉੱਪਰ ਵੀ ਉਹ ਦੇ ਉੱਤੇ ਕੱਟ ਲਾ ਦੇਣਾ ਵਾ ਤੇ نیچے ਵੀ ਕੱਟ ਲਗਾ ਦੇਣਾ ਇਦਾਂ ਤੇ ਫਿਰ ਉਹ ਨਹੀਂ ਹੀ ਪ੍ਰਕਾਰ ਖੁੱਲੀ ਰਹਿਣ ਦੇਣੀ ਫਿਰ ਪੀ ਦੇ ਉੱਤੇ ਪ੍ਰਕਾਰ ਰੱਖ ਕੇ ਉਹਨਾਂ ਕੱਟਾਂ ਦੇ ਉੱਤੇ ਇੱਕ ਇੱਕ ਕੱਟ ਹੋਰ ਲਗਾ ਦੇਣਾ ਕੱਟ ਲਗਾਉਣ ਤੋਂ ਬਾਅਦ ਇਹ ਜਿਹੜੇ ਪੁਆਇੰਟਸ ਬਣੇ ਆ ਇਹਨਾਂ ਦੇ ਵਿੱਚੋਂ ਆਪਾਂ ਲਾਈਨ ਜਿਹੜੀ ਉਹ ਪਾਸ ਕਰਵਾਉਣੀ ਹੁੰਦੀ ਆ ਠੀਕ ਹੈ ਇਦਾਂ ਸੋ ਆ ਇੱਕ ਜਿਹੜਾ ਪੁਆਇੰਟ ਆ ਓ ਪੀ ਦੇ ਉੱਤੇ ਕੱਟ ਹੋ ਗਿਆ ਇਹਦਾ ਨਾਮ ਆਪਾਂ ਐਮ ਰੱਖ ਲੈਨੇ ਆ ਹੁਣ ਆਪਾਂ ਪਰਪੈਂਡੀਕੂਲ ਡਰਾ ਕੀਤਾ ਆ ਆਪਾਂ ਲਿਖਾਂਗੇ ਕਿ ਡਰਾ ਏ ਪਰਪੈਂਡੀਕੂਲ ਦਰਾ a ਪਰਪੈਂਡੀਕੂਲਰ ਆਪਾਂ ਕਿਦੇ ਤੇ ਇਹਨੂੰ ਬਾਈਸੈਕਟ ਕੀਤਾ ਵਾ ਬਾਈਸੈਕਟਰ ਬਾਈਸੈਕਟਰੀ ਸੀ ਨਾ ਕਿਉਂਕਿ ਬਾਈਸੈਕਟ ਕਰ ਗਿਆ ਬਾਈਸੈਕਟਰ ਆਫ OP ਵਿਚ ਕੱਟ ਜਿਹੜਾ ਕਿ ਕੱਟ ਕਰਦਾ ਪਿਆ ਵਿਚ ਕੱਟ OP ਐਟ M ਠੀਕ ਹੈ M ਪੁਆਇੰਟ ਦਿੱਤੀ ਸੋ ਹੁਣ ਦੇਖੋ ਬੱਚੇ ਆਪਾਂ ਕੀ ਕਰਨਾ ਕਿ M ਨੂੰ ਸੈਂਟਰ ਲੈਣਾ ਵਾ ਠੀਕ ਹੈ M ਨੂੰ ਸੈਂਟਰ ਮੰਨ ਕੇ ਤੇ M ਤੇ O ਨੂੰ ਮੈਜ਼ਰ ਕਰ ਲੈਣਾ ਵੀ ਕਿੰਨੀ ਕੀ ਆਏ ਇਨੂੰ ਉਨੀ ਕੀ ਪ੍ਰਕਾਰ ਓਪਨ ਕਰਕੇ ਆਪਾਂ ਇੱਕ ਹੋਰ ਸਰਕਲ ਜਿਹੜਾ ਨਾ ਥਰਡ ਸਰਕਲ ਜਿਹੜਾ ਵਾ ਉਹ ਡਰਾ ਕਰਨਾ ਤੇ ਜਿਹੜਾ ਥਰਡ ਸਰਕਲ ਆਣਾ ਵਾ ਇਹ ਕੋਸ਼ਿਸ਼ ਕਰਿਆ ਕਰੋ ਕਿ ਡਾਟ 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 ਦੇ ਵਿੱਚ ਡਰਾ ਹੋਵੇ ਤੁਹਾਡਾ ਠੀਕ ਹੈ ਇਸ ਤਰੀਕੇ ਦੇ ਨਾਲ ਸੋ ਇਹ ਤੁਹਾਡਾ ਥਰਡ ਸਰਕਲ ਹੋ ਗਿਆ ਇਹਨੂੰ ਆਪਾਂ ਥਰਡ ਦਾ ਨਾਮ ਦੇ ਦਿੰਨੇ ਆ ਹੁਣ ਆਪਾਂ ਇੱਕ ਹੋਰ ਸਰਕਲ ਡਰਾ ਕੀਤਾ ਥਰਡ ਉਹਨੂੰ ਥਰਡ ਦਾ ਨਾਮ ਦਿੱਤਾ ਵਾ ਤੇ ਆਪਾਂ ਇੱਥੇ ਕੀ ਲਿਖਾਂਗੇ ਕਿ ਸੈਂਟਰ ਕਿਨੂੰ ਲਿਆ ਸੀਗਾ ਵਿਦ ਐਮ ਐਸ ਸੈਂਟਰ ਤੇ radius ਕਿਹੜਾ ਲਿਆ ਸੀਗਾ ਆਪਾਂ radius m o ਲਿਆ ਸੀ ਨਾ ਮੈਚ ਕੀਤਾ ਸੀ m ਤੇ o ਨੂੰ ਖੋਲ ਕੇ ਐਂਡ radius m o ਠੀਕ ਹੈ ਡਰਾ ਅ ਸਰਕਲ ਇੱਕ ਸਰਕਲ ਡਰਾ ਕੀਤਾ ਵਾ ਥਰਡ ਆਪਾਂ ਤੇ ਉਹ ਵਿੱਚ ਇੰਟਰਸੈਕਟ ਹੋਣੇ ਜਿਹੜਾ ਥਰਡ ਸਰਕਲ ਡਰਾ ਕੀਤਾ ਵਾ ਉਹ ਇੰਟਰਸੈਕਟ ਕਰਦਾ ਪਿਆ ਵਾ ਦਾ ਸਰਕਲ ਫਸਟ ਨੂੰ ਦਾ ਸਰਕਲ ਫਸਟ ਐਟ t ਐਂਡ t ਡੈਸ਼ ਹੈ ਨਾ ਪਹਿਲੇ ਜਿਹੜਾ 4 ਸੈਂਟੀਮੀਟਰ ਵਾਲਾ ਉਹਨੂੰ ਹੀ ਕੱਟ ਕਰਦਾ ਪਿਆ ਇੱਕ ਇੱਥੇ ਕੱਟ ਕਰਦਾ ਪਿਆ ਇੱਕ ਇੱਥੇ ਕੱਟ ਕਰਦਾ ਪਿਆ ਜਿੱਥੇ ਇਹਨੂੰ T ਦਾ ਨਾਮ ਦੇ ਦੋ ਨੀ T' ਦਾ ਨਾਮ ਦੇ ਦੋ ਸੋ ਹੁਣ ਆ ਪੁਆਇੰਟ ਮਿਲ ਗਏ ਜਿਨ੍ਹਾਂ ਦੇ ਉੱਤੇ ਅਸੀਂ P ਤੇ ਇੱਕ ਟੈਂਜੈਂਟ ਜਿਹੜੀ ਉਹ ਡਰਾ ਕਰਨੀ ਆ ਠੀਕ ਹੈ ਇੱਕ ਹੀ ਡਰਾ ਕਰਨੀ ਜਦ ਦੋਨੋਂ ਮਰਜ਼ੀ ਤੁਸੀਂ ਡਰਾ ਕਰ ਸਕਦੇ ਹੋ ਸੋ ਜੁਆਇਨ P P ਨੂੰ ਤੇ T ਨੂੰ ਆਪਾਂ ਜੁਆਇਨ ਕਰ ਲੈਨੇ ਆ ਪਹਿਲਾਂ ਮੈਂ ਲਿਖ ਲੈਨੀ ਆ ਫਿਰ ਮੈਂ ਡਰਾ ਕਰਦੀ ਆ ਜੁਆਇਨ P T ਤੇ ਹੈਂਸ PT ਇਜ਼ ਦਾ ਰਿਕਵਾਇਰਡ ਟੈਂਜੈਂਟ ਪੀਟੀ ਕੀ ਹੋਗੀ ਇੱਕ ਰਿਕੁਆਇਰਡ ਟੈਂਜੈਂਟ ਜਿਹੜੀ ਸਾਨੂੰ ਚਾਹੀਦੀ ਸੀ ਰਿਕੁਆਇਰਡ ਦਾ ਮਤਲਬ ਹੈ ਜਿਹੜੀ ਸਾਨੂੰ ਚਾਹੀਦੀ ਆ ਠੀਕ ਹੈ ਇਟ ਮੀਨਸ ਪੀ ਨੂੰ ਤੇ ਟੀ ਨੂੰ ਚਲੋ ਮੈਚ ਕਰ ਲਈਏ ਵੀ ਹੁਣ ਪੀ ਨੂੰ ਤੇ ਟੀ ਨੂੰ ਅਸੀਂ ਨਾ ਮੈਚ ਕਰ ਲਿਆ ਹੁਣ ਆਪਾਂ ਇਹਨੂੰ ਮੈਜ਼ਰ ਕਰਨਾ ਹੈ ਕਿ ਕਿੰਨਾ ਹੈ ਨਾ ਇਹਦੇ ਵਿੱਚ ਕਿੰਨੀ ਇਹਦੀ ਲੈਂਥ ਬਣੀ ਆ ਉਹ ਆਪਾਂ ਇਹਨੂੰ ਮੈਜ਼ਰ ਕਰਦੇ ਆ ਇਹ ਬਣੀ ਜੇ ਤੁਹਾਡੀ ਐਪ ਪੁਆਇੰਟ ਸੀਗਾ ਤੇ ਇਹ ਪੀ ਇਹ 4 ਪੁਆਇੰਟ ਕੁਛ ਬਣੀ ਆ ਠੀਕ ਹੈ 4.6 ਦੇ ਲਾਗੇ ਛੱਗੇ ਆਏ 4.6 ਦੇ ਲਾਗੇ ਛੱਗੇ ਆਏ ਤੇ ਸਾਡੀ ਜਿਹੜੀ ਪੀਟੀ ਦੀ ਲੈਂਥ ਆ ਉਹ ਕਿੰਨੀ ਆ ਗਈ ਆ 4.6 ਦੇ ਲਾਗੇ ਛੱਗੇ ਆਈ ਆ ਠੀਕ ਹੈ ਸੋ ਆਪਾਂ ਨਾ ਇਹਨੂੰ ਐਕਚੁਅਲ ਮੈਜ਼ਰਮੈਂਟ ਇਹਦੀ ਕਰਦੇ ਆਂ ਵੀ ਐਕਚੁਅਲ ਕਿੰਨਾ ਨਿਕਲਦਾ ਪਿਆ ਆਏ ਸੋ ਦੇਖੋ ਬੱਚੇ ਹੁਣ ਤੁਹਾਨੂੰ ਮੈਂ ਇੱਥੇ ਇੱਕ ਗੱਲ ਦੱਸ ਦਵਾਂ ਕਿ ਜਿਹੜਾ ਪੁਆਇੰਟ ਆਫ ਕੰਟੈਕਟ ਹੁੰਦਾ ਵਾ ਨਾ ਇਹ ਵਾਲਾ ਟੈਂਜੈਂਟ ਵਾਲਾ ਇਹ 90 ਡਿਗਰੀ ਦਾ ਐਂਗਲ ਬਣਾਉਂਦਾ ਵਾ ਠੀਕ ਹੈ ਇਹ ਗੱਲ ਅਸੀਂ ਯਾਦ ਰੱਖਣੀ ਆ ਸੋ ਜੇਕਰ ਤੁਸੀਂ ਤੇ ਹਨ ਅਲ ਦੇ ਕਿ ਤੇ ਸਾਡੇ ਕੋਲ O T P O T P ਇੱਕ ਟ੍ਰਾਇੰਗਲ ਬਣਦਾ ਪਿਆ ਵਾ ਆਵਲਾ O T ਤੇ P ਠੀਕ ਹੈ ਇਹਨੂੰ ਜੇਕਰ ਅਸੀਂ O T P ਨੂੰ ਅਸੀਂ ਟ੍ਰਾਇੰਗਲ ਲੈ ਕੇ ਤੇ ਪਾਈਥਾਗੋਰਸ ਇਹਦੇ ਉੱਤੇ ਲਾ ਦਈਏ ਤੇ ਫਿਰ ਜਿਹੜਾ ਆ ਉਹ ਸਾਡੇ ਕੋਲ ਜਿਹੜੀ PT ਦੀ ਲੈਂਥ ਆ ਉਹ ਨਿਕਲ ਸਕਦੀ ਹੈ ਠੀਕ ਹੈ ਕਿਉਂਕਿ O ਨੂੰ ਤੇ T ਨੂੰ ਤਾਂ ਅਸੀਂ ਮੈਚ ਕਰ ਲੈਨੇ ਆ ਨਾ ਇਦਾਂ O ਨੂੰ ਤੇ T ਨੂੰ ਤੁਸੀਂ ਮੈਚ ਕਰ ਸਕਦੇ ਹਿੱਤਾ ਤੇ OT ਜਿਹੜਾ ਸੀਗਾ ਉਹ ਰੇਡੀਅਸ ਹੀਗਾ ਪਹਿਲੇ ਸਰਕਲ ਦਾ ਹਨਾ ਉਹ ਕਿੰਨਾ ਸੀਗਾ 4 ਸੈਂਟੀਮੀਟਰ ਸੀਗਾ ਤੇ ਜਿਹੜੀ OP ਦੀ ਲੈਂਥ ਆ ਦੇਖੋ ਬੱਚੇ ਆ OP ਦੀ ਜਿਹੜੀ ਲੈਂਥ ਆ ਉਹ ਸਾਡੇ ਕੋਲ ਸੀਗੀ ਕਿਉਂਕਿ ਇਹ ਆ ਦੇਖੋ ਆ ਸੈਂਟਰ ਹੀਗਾ ਤੇ ਆ ਉੱਪਰ ਵਾਲਾ ਵੱਡਾ ਸਰਕਲ ਸੀ ਨਾ ਵੱਡਾ ਸਰਕਲ ਵੱਡੇ ਸਰਕਲ ਦਾ ਰੇਡੀਅਸ ਕਿੰਨਾ ਸੀਗਾ 6 ਤੇ OP ਜਿਹੜਾ ਵੱਡੇ ਸਰਕਲ ਦਾ ਰੇਡੀਅਸ ਆ ਤੇ OP ਦੀ ਲੈਂਥ ਵੀ ਸਾਡੇ ਕੋਲ ਹੈਗੀ ਆ ਇਟ ਮੀਨਸ ਕਿ ਅਸੀਂ TP ਪਤਾ ਕਰਨੀ ਹੁਣ ਟ੍ਰਾਇੰਗਲ ਹੈਗਾ ਵਾ ਰਾਈਟ ਇਟ ਮੀਨਸ ਪਾਈਥਾਗੋਰਸ ਦਾ ਫਾਰਮੂਲਾ ਲੱਗ ਸਕਦਾ ਵਾ ਮੈਂ ਇੱਥੇ ਮાળા ਜਿਹਾ ਤੁਹਾਨੂੰ ਦੱਸ ਰਹੀ ਆ ਹੁਣ ਦੇਖੋ ਹਾਈਪੋਟੈਨਿਊਸ ਕਿਹੜਾ ਹੋਏਗਾ ਐਂਗਲ ਸਾਡਾ 90 ਡਿਗਰੀ ਦਾ ਇੱਥੇ ਇਟ ਮੀਨਸ ਹਾਈਪੋਟੈਨਿਊਸ ਇਹ ਤੋਂ ਉਲਟ OP OP ਇਸ ਹਾਈਪੋਟੈਨਿਊਸ ਤੇ ਪਰਪੈਂਡੀਕੂਲਰ ਆਪਾਂ OT ਲੈ ਲੈਨੇ ਆ ਤੇ ਬੇਸ ਆ ਹੈਨਾ اوਪੀ ਜਿਹੜਾ 6 ਦਿੱਤਾ ਹੋਇਆ ਆ ਓਟ ਜਿਹੜਾ ਆ 4 ਦਿੱਤਾ ਹੋਇਆ ਤੇ ਟੀਪੀ ਅਸੀਂ ਪਤਾ ਕਰਨੀ ਆ ਹੈਨਾ ਤੇ ਐ 6 6 ਦਾ 36 4 ਨੂੰ ਦੋ ਵਾਰੀ ਮਲਟੀਪਲਾਈ ਕੀਤਾ 16 ਹੈਨਾ ਤੇ ਜਿਹੜਾ 16 ਹੈ ਇਧਰ ਜਾ ਕੇ ਬੱਚੇ ਮਾਈਨਸ ਹੋ ਜਾਏਗਾ ਮਾਈਨਸ ਹੋ ਗਿਆ ਤੇ ਇਹ ਸਾਡੇ ਕੋਲ ਕਿੰਨਾ ਆ ਗਿਆ 20 ਆ ਗਿਆ ਹੁਣ ਐ ਜਿਹੜਾ 20 ਆ ਜਿਹੜਾ ਸਕਰੂਟ ਉਧਰ ਜਾ ਕੇ 20 ਦੇ ਉੱਤੇ ਸਕਰੂਟ ਬਣ ਜਾਏਗਾ ਨਾ ਜੋ 20 ਦਾ ਜਿਹੜਾ ਸਕੁਅਰ ਰੂਟ ਹੁੰਦਾ ਵਾ ਉਹ ਲਗਭਗ 4.48 ਦੇ ਲਾਗੇ ਛਾਗੇ ਹੁੰਦਾ ਆ ਸੋ ਦੇਖੋ 4.48 ਤੇ ਆ 4.6 ਤੇ ਨੀਅਰ ਬੜ ਤੁਹਾਡੀ ਲੈਂਥ ਜਿਹੜੀ ਉਹ ਆ ਚੁੱਕੀ ਆ ਜੇ ਐਗਜ਼ੈਕਟ ਨਹੀਂ ਵੀ ਆਏਗੀ ਤਾਂ ਵੀ ਠੀਕ ਹੈ ਅਪ੍ਰੋਕਸੀਮੇਟਰੀ ਤੁਹਾਡੀ ਜਿਹੜੀ ਲੈਂਥ ਆ ਉਹ ਆ ਚੁੱਕੀ ਇਹਦੇ ਲਾਗੇ ਛਾਗੇ ਕਈ ਵਾਰ ਡਰਾ ਕਰਨ ਲੱਗਿਆਂ ਥੋੜਾ ਵਾਦਾ ਘਾਟਾ ਹੋ ਜਾਂਦਾ ਬਟ ਤੁਸੀਂ ਇਹਨੂੰ 4.5 ਲੈ ਸਕਦੇ ਹੋ ਠੀਕ ਹੈ 4.8 ਨੂੰ ਛੱਡ ਦਿਓ ਇਹਨੂੰ 5 ਕਰ ਲਓ ਤੇ ਉਹ ਆ ਗਈ 4.6 ਦੇ ਲਾਗੇ ਛਾਗੇ